ਅਜਨਾਲਾ ਖੇਤਰ ਦੇ ਇੱਕ ਪਿੰਡ ਵਿਖੇ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਲਗਾਈ ਅੱਗ ਇੱਕ ਹੋਰ ਕਿਸਾਨ ਦੇ ਖੇਤਾਂ ਵਿੱਚ ਜਾ ਵੜੀ। ਇਹ ਅੱਗ ਬੁਝਾਉਂਦੇ ਸਮੇਂ ਕਿਸਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ ਬਿਕਰਾਊਰ ਦਾ ਟਰੈਕਟਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਅਤੇ ਕਰੀਬ 10 ਤੋਂ 12 ਏਕੜ ਨਾੜ ਵੀ ਸੜ ਗਈ। ਕਿਸਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ ਬਿਕਰਾਊਰ ਦਾ ਦੱਸਿਆ ਕਿ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਨੁਕਸਾਨ ਲਈ ਜ਼ਿੰਮੇਵਾਰ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਸਾਰਾ ਵਾਕਿਆ ਕਿੱਦਾਂ ਹੋਇਆ ਜੀ? ਵੀ ਅੱਗ ਲਾਈ ਹੈ ਜਾਂ ਫਿਰ ਫੋਟੋ ਜਿੰਦਰ ਸਿੰਘ ਅਤੇ ਬਲਜੀਤ ਸਿੰਘ ਸਰਪੰਚ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਮੁੰਡੇ ਦੋ ਨੇ ਅਤੇ ਅਸੀਂ ਆਪਣੇ ਨਾੜ ਨੂੰ ਅੱਗ ਬੁਝਾਉਣ ਡਏ ਹਾਂ ਅਤੇ ਟਰੈਕਟਰ ਸਾਡਾ ਸੜ ਗਿਆ, ਨਾਲ 10-12 ਕਿੱਲੇ ਨਾੜ ਸਾੜਦਾ। ਅਤੇ ਕੀ ਮੰਗ ਕਰਦੇ ਜੀ ਹੁਣ? ਅਸੀਂ ਇਹੋ ਮੰਗ ਕਰਦੇ ਹਾਂ ਵੀ ਇਹਨਾਂ ਦੇ ਦੋਸ਼ੀਆਂ ਵਾਸਤੇ ਵਿਰੋਧ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ। ਅਜਨਾਲਾ ਖੇਤਰ ਦੇ ਇੱਕ ਪਿੰਡ ਵਿਖੇ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਲਗਾਈ ਅੱਗ ਇੱਕ ਹੋਰ ਕਿਸਾਨ ਦੇ ਖੇਤਾਂ ਵਿੱਚ ਜਾ ਵੜੀ। ਇਹ ਅੱਗ ਬੁਝਾਉਂਦੇ ਸਮੇਂ ਕਿਸਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ ਬਿਕਰਾਊਰ ਦਾ ਟਰੈਕਟਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਅਤੇ ਕਰੀਬ 10 ਤੋਂ 12 ਏਕੜ ਨਾੜ ਵੀ ਸੜ ਗਈ। ਕਿਸਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ ਬਿਕਰਾਊਰ ਦਾ ਦੱਸਿਆ ਕਿ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਨੁਕਸਾਨ ਲਈ ਜ਼ਿੰਮੇਵਾਰ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਸਾਰਾ ਵਾਕਿਆ ਕਿੱਦਾਂ ਹੋਇਆ ਜੀ? ਵੀ ਅੱਗ ਲਾਈ ਹੈ ਜਾਂ ਫਿਰ ਫੋਟੋ ਜਿੰਦਰ ਸਿੰਘ ਅਤੇ ਬਲਜੀਤ ਸਿੰਘ ਸਰਪੰਚ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਮੁੰਡੇ ਦੋ ਨੇ ਅਤੇ ਅਸੀਂ ਆਪਣੇ ਨਾੜ ਨੂੰ ਅੱਗ ਬੁਝਾਉਣ ਡਏ ਹਾਂ ਅਤੇ ਟਰੈਕਟਰ ਸਾਡਾ ਸੜ ਗਿਆ, ਨਾਲ 10-12 ਕਿੱਲੇ ਨਾੜ ਸਾੜਦਾ। ਅਤੇ ਕੀ ਮੰਗ ਕਰਦੇ ਜੀ ਹੁਣ? ਅਸੀਂ ਇਹੋ ਮੰਗ ਕਰਦੇ ਹਾਂ ਵੀ ਇਹਨਾਂ ਦੇ ਦੋਸ਼ੀਆਂ ਵਾਸਤੇ ਵਿਰੋਧ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ।